ਪੰਜਾਬ ਦੇ ਸਣੇ ਕਈ ਸੂਬਿਆਂ ਦੇ ਵਿੱਚ ਮੀਂਹ ਨੇ ਦਸਤਕ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਵਿੱਚ ਦਸਤਕ ਦੇਣ ਤੋਂ ਬਾਅਦ ਮੌਨਸੂਨ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਵਿੱਚ ਵੀ ਦਸਤਕ ਦਿੱਤੀ ਹੈ। ਆਉਣ ਵਾਲੇ 2-3 ਦਿਨਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੌਨਸੂਨ ਸਰਗਰਮ ਹੋਣ ਦੇ ਅਨੁਮਾਨ ਨੇ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਉੱਤਰੀ ਭਾਰਤ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਹਰਿਆਣਾ ਦੇ 12 ਜ਼ਿਲ੍ਹਿਆਂ ਰਿਵਾੜੀ, ਝੱਜਰ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ, ਸੋਨੀਪਤ, ਪਾਣੀਪਤ, ਪੰਚਕੂਲਾ, ਅੰਬਾਲਾ, ਯਮੁਨਾਨਗਰ ਅਤੇ ਕਰਨਾਲ ਦੇ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਬਾਕੀ ਸੂਬਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਹੈ। ਤਾਂ ਲਗਾਤਾਰ ਹਰਿਆਣਾ ਦੇ ਵਿੱਚ ਭਾਰੀ ਮੀਂਹ ਪੈ ਰਿਹਾ। ਇਹ ਤਸਵੀਰਾਂ ਕਰਨਾਲ ਦੀਆਂ ਨੇ ਜਿੱਥੇ ਮੀਂਹ ਨੇ ਦਸਤਕ ਦਿੱਤੀ ਹੈ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਤਾਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਚੁੱਕਾ, ਕਈਆਂ ਤੇ ਆਉਣ ਦੀ ਸੰਭਾਵਨਾ ਹੈ। 29 ਅਤੇ 30 ਤਰੀਕ ਨੂੰ ਇਹਨਾਂ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਪੂਰੇ ਆਸਾਰ ਨੇ। ਤਾਂ ਇਸ ਮੌਸਮ ਨੂੰ ਲੈ ਕੇ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਹਰਿਆਣਾ ਦੇ 12 ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ। ਤਾਂ ਪੰਜਾਬ ਦੇ ਵੀ ਕੁਝ ਹਿੱਸੇ ਨੇ ਜਿਨ੍ਹਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਪੂਰੇ ਆਸਾਰ ਨੇ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਵਿੱਚ ਦਸਤਕ ਦੇਣ ਤੋਂ ਬਾਅਦ ਮੌਨਸੂਨ ਨੇ ਹੁਣ ਹਰਿਆਣਾ ਦੇ ਵਿੱਚ ਵੀ ਦਸਤਕ ਦਿੱਤੀ ਹੈ। ਪਹਿਲੇ ਤੋਂ ਬਹੁਤ ਗਰਮੀ ਹੋ ਰਹੀ ਸੀ, ਅਬ ਤੋਂ ਗਰਮੀ ਨਹੀਂ, ਅਬ ਤੋਂ ਠੀਕ ਹੈ ਮੌਸਮ, ਸਭ ਕੁਛ ਹੈ, ਬਾਰਿਸ਼ ਆ ਰਹੀ ਹੈ, ਅਬ ਤੋਂ ਪਹਿਲੇ ਸੇ ਜ਼ਿਆਦਾ ਠੀਕ ਹੈ। ਕਾਫੀ ਤੇਜ਼ ਬਾਰਿਸ਼ ਹੈ, ਅਬ ਤੋਂ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ। ਬਰਸਾਤ ਮਿਲੀ ਹੈ ਗਰਮੀ ਸੇ ਕਹੀਂ ਨਾ ਕਹੀਂ? ਹਾਂ, ਅਬ ਤੋਂ ਰਾਤ ਮਿਲ ਰਹੀ ਹੈ, ਅਬ ਤੋਂ ਮਜ਼ਾ ਆ ਰਹਾ ਬਰਸਾਤ ਮੇਂ ਪੂਰਾ। ਮਾਰੇ ਹੈ ਬਰਸਾਤ? ਹੋਰ, ਸਾਰੇ ਬੱਚੇ ਨਾ ਰਹੇ ਹਾਂ ਤੋਂ ਸਾਰੇ ਕੁਛ ਹੋ ਰਿਹਾ, ਬਰਸਾਤ ਆ ਗਈ ਨਾ। ਗਰਮੀ ਸੇ ਦਿੱਕਤ ਹੋ ਰਹੀ ਸੀ ਕਾਫੀ? ਕਾਫੀ ਦਿੱਕਤ ਹੋ ਰਹੀ ਸੀ, ਕੰਮ ਨਹੀਂ ਹੋ ਰਿਹਾ। ਹਾਂ, ਗਰਮੀ ਬਹੁਤ ਸੀ ਨਾ, ਅਬ ਤੋਂ ਠੀਕ ਹੈ ਮੌਸਮ, ਬੜੀਆ ਮੌਸਮ ਹੋ ਰਿਹਾ, ਬੜੀਆ ਬਾਰਿਸ਼। ਅਭੀ ਤੋਂ ਬਤਾ ਰੱਖਿਆ ਹੈ ਮੌਸਮ ਵਿਭਾਗ ਨੇ, ਬੋਲ ਰੱਖਾ ਕਿ ਇੱਕ ਹਫ਼ਤੇ ਤੱਕ ਬਾਰਿਸ਼ ਹੋਰ ਆਏਗੀ। ਅਭੀ ਬਾਕੀ ਦੇਖ ਲੇਂਗੇ। ਮੈਂ ਕਰਨਾਲ ਆਏ ਥੇ ਆਜ ਸ਼ਹਿਰ ਮੈਂ, ਗਾਉਂ ਸੇ, ਮੈਂ ਬਦਰਪੁਰ ਸੇ ਹੂੰ। ਉਧਰ ਤਾਂ ਬਹੁਤ ਗਰਮੀ ਵੀ ਹੈ, ਗਾਉਂ ਮੈਂ ਫੋਨ ਕੀਆ ਤਾਂ ਬਰਸਾਤ ਨਹੀਂ ਹੈ, ਲੇਕਿਨ ਕਰਨਾਲ ਮੈਂ ਆਏ ਹੈ 1 ਘੰਟੇ ਪਹਿਲੇ, ਬਹੁਤ ਅੱਛੀ ਬਰਸਾਤ ਹੈ, ਠੰਡਕ ਹੈ, ਤਾਪਮਾਨ ਮੈਂ ਗਿਰਾਵਟ ਹੈ, ਔਰ ਆਸ਼ਾ ਕਰਤੇ ਆਗੇ ਵੀ ਐਸੇ ਮੌਨਸੂਨ ਚਲੇ ਔਰ ਖੇਤੋਂ ਮੇਂ ਵੀ ਪਾਣੀ ਕੀ ਆਵਸ਼ਕਤਾ। ਫਸਲੋਂ ਕਾ ਫਾਇਦਾ ਹੋਗਾ, ਧਾਨ ਕੀ ਫਸਲ ਲੱਗ ਰਹੀ। ਪੰਜਾਬ ਦੇ ਸਣੇ ਕਈ ਸੂਬਿਆਂ ਦੇ ਵਿੱਚ ਮੀਂਹ ਨੇ ਦਸਤਕ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਵਿੱਚ ਦਸਤਕ ਦੇਣ ਤੋਂ ਬਾਅਦ ਮੌਨਸੂਨ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਵਿੱਚ ਵੀ ਦਸਤਕ ਦਿੱਤੀ ਹੈ। ਆਉਣ ਵਾਲੇ 2-3 ਦਿਨਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੌਨਸੂਨ ਸਰਗਰਮ ਹੋਣ ਦੇ ਅਨੁਮਾਨ ਨੇ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਉੱਤਰੀ ਭਾਰਤ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਹਰਿਆਣਾ ਦੇ 12 ਜ਼ਿਲ੍ਹਿਆਂ ਰਿਵਾੜੀ, ਝੱਜਰ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ, ਸੋਨੀਪਤ, ਪਾਣੀਪਤ, ਪੰਚਕੂਲਾ, ਅੰਬਾਲਾ, ਯਮੁਨਾਨਗਰ ਅਤੇ ਕਰਨਾਲ ਦੇ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਬਾਕੀ ਸੂਬਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਹੈ। ਤਾਂ ਲਗਾਤਾਰ ਹਰਿਆਣਾ ਦੇ ਵਿੱਚ ਭਾਰੀ ਮੀਂਹ ਪੈ ਰਿਹਾ। ਇਹ ਤਸਵੀਰਾਂ ਕਰਨਾਲ ਦੀਆਂ ਨੇ ਜਿੱਥੇ ਮੀਂਹ ਨੇ ਦਸਤਕ ਦਿੱਤੀ ਹੈ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਤਾਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਚੁੱਕਾ, ਕਈਆਂ ਤੇ ਆਉਣ ਦੀ ਸੰਭਾਵਨਾ ਹੈ। 29 ਅਤੇ 30 ਤਰੀਕ ਨੂੰ ਇਹਨਾਂ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਪੂਰੇ ਆਸਾਰ ਨੇ। ਤਾਂ ਇਸ ਮੌਸਮ ਨੂੰ ਲੈ ਕੇ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਹਰਿਆਣਾ ਦੇ 12 ਜ਼ਿਲ੍ਹਿਆਂ ਦੇ ਵਿੱਚ ਲਗਾਤਾਰ
ਮੀਂਹ ਪੈ ਰਿਹਾ ਤਾਂ ਪੰਜਾਬ ਦੇ ਵੀ ਕੁਝ ਹਿੱਸੇ ਨੇ ਜਿਨ੍ਹਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਪੂਰੇ ਆਸਾਰ ਨੇ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਵਿੱਚ ਦਸਤਕ ਦੇਣ ਤੋਂ ਬਾਅਦ ਮੌਨਸੂਨ ਨੇ ਹੁਣ ਹਰਿਆਣਾ ਦੇ ਵਿੱਚ ਵੀ ਦਸਤਕ ਦਿੱਤੀ ਹੈ। ਪਹਿਲੇ ਤੋਂ ਬਹੁਤ ਗਰਮੀ ਹੋ ਰਹੀ ਸੀ, ਅਬ ਤੋਂ ਗਰਮੀ ਨਹੀਂ, ਅਬ ਤੋਂ ਠੀਕ ਹੈ ਮੌਸਮ, ਸਭ ਕੁਛ ਹੈ, ਬਾਰਿਸ਼ ਆ ਰਹੀ ਹੈ, ਅਬ ਤੋਂ ਪਹਿਲੇ ਸੇ ਜ਼ਿਆਦਾ ਠੀਕ ਹੈ। ਕਾਫੀ ਤੇਜ਼ ਬਾਰਿਸ਼ ਹੈ, ਅਬ ਤੋਂ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ। ਰਾਤ ਮਿਲੀ ਹੈ ਗਰਮੀ ਸੇ ਕਹੀਂ ਨਾ ਕਹੀਂ? ਹਾਂ, ਅਬ ਤੋਂ ਰਾਤ ਮਿਲ ਰਹੀ ਹੈ, ਅਬ ਤੋਂ ਮਜ਼ਾ ਆ ਰਿਹਾ ਬਰਸਾਤ ਮੇਂ ਪੂਰਾ। ਨਾ ਰਹੇ ਹੈ ਬਰਸਾਤ? ਹੋਰ ਸਾਰੇ ਬੱਚੇ ਨਾ ਰਹੇ ਹਾਂ, ਤੋ ਸਾਰੇ ਕੁਛ ਹੋ ਰਹੇ, ਬਰਸਾਤ ਆ ਗਈ ਨਾ। ਗਰਮੀ ਸੇ ਦਿੱਕਤ ਹੋ ਰਹੀ ਸੀ? ਕਾਫੀ ਦਿੱਕਤ ਹੋ ਰਹੀ ਸੀ, ਕਾਮ ਨਹੀਂ ਮਿਲ ਰਿਹਾ। ਹਾਂ, ਗਰਮੀ ਬਹੁਤ ਸੀ ਨਾ, ਅਬ ਤੋਂ ਠੀਕ ਹੈ ਮੌਸਮ, ਬੜੀਆ ਮੌਸਮ ਹੋ ਰਿਹਾ, ਬੜੀਆ ਬਾਰਿਸ਼। ਅਭੀ ਤੋ ਬਤਾ ਰੱਖਿਆ ਹੈ ਮੌਸਮ ਵਿਭਾਗ ਨੇ, ਬੋਲ ਰੱਖਾ ਕਿ ਇੱਕ ਹਫ਼ਤੇ ਤੱਕ ਬਾਰਿਸ਼ ਹੋਰ ਆਏਗੀ, ਅਭੀ ਬਾਕੀ ਦੇਖ ਲੇਂਗੇ। ਮੈਂ ਕਰਨਾਲ ਆਏ ਥੇ ਆਜ ਸ਼ਹਿਰ ਮੈਂ, ਗਾਓਂ ਸੇ, ਮੈਂ ਬਦਰਪੁਰ ਸੇ ਹੂੰ। ਉਧਰ ਤੋਂ ਬਹੁਤ ਗਰਮੀ ਵੀ ਹੈ, ਗਾਓਂ ਮੈਂ ਫੋਨ ਕੀਆ ਤਾਂ ਬਰਸਾਤ ਨਹੀਂ ਹੈ, ਲੇਕਿਨ ਕਰਨਾਲ ਮੈਂ ਆਏ ਹੈ ਇੱਕ ਘੰਟੇ ਪਹਿਲੇ, ਬਹੁਤ ਅੱਛੀ ਬਰਸਾਤ ਹੈ, ਠੰਡਕ ਹੈ, ਤਾਪਮਾਨ ਮੈਂ ਗਿਰਾਵਟ ਹੈ, ਔਰ ਆਸ਼ਾ ਕਰਤੇ ਆਗੇ ਵੀ ਐਸੇ ਮੌਨਸੂਨ ਚਲੇ ਔਰ ਖੇਤੋਂ ਮੇਂ ਵੀ ਪਾਣੀ ਕੀ ਆਵਸ਼ਕਤਾ। ਫਸਲੋਂ ਕਾ ਫਾਇਦਾ ਹੋਗਾ, ਧਾਨ ਕੀ ਫਸਲ ਲੱਗ ਰਹੀ। ਬਿਲਕੁਲ,